ਸਾਨੂੰ ਭਰਾ ਉਹ ਮੇਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ, ਉਹ ਧਿਆਨ ਦੇ ਨਾਲ ਸੁਣਿਓ, ਕਿਉਂਕਿ ਸਾਰੇ ਕਿਸਾਨ ਵੱਡੇ ਟੈਂਕ ਦੇ ਨਾਲ ਸਪਰੇ ਨਹੀਂ ਕਰਾ ਸਕਦੇ, ਕਾਫੀ ਤਰੀਕੇ ਨਾਲ ਸਪਰੇ ਕਰਦੇ ਆ, ਪਰ ਜਿਹੜੀ ਲੰਬੀ ਪਾਈਪ ਤੁਹਾਡੇ ਪੰਪ ਦੇ ਨਾਲ ਲੱਗੀ ਹੁੰਦੀ ਆ, ਕਈ ਵਾਰ ਤੁਸੀਂ ਵੱਡੇ ਟੈਂਕ ਦੇ ਨਾਲ 500 ਮੀਟਰ ਜਾਂ 400 ਮੀਟਰ ਜਾਂ 200 ਮੀਟਰ ਦੀ ਵੀ ਤੁਸੀਂ ਲੈਂਥ ਲਗਾਈ ਹੁੰਦੀ ਆ, ਤਾਂ ਉਹਦੇ ਕਰਕੇ ਕਈ ਵਾਰੀ ਪਾਈਪ ਲੀਕੇਜ ਹੋ ਜਾਂਦੀ ਜਾਂ ਫਟ ਜਾਂਦੀ ਆ, ਤਾਂ ਮੌਕੇ 'ਤੇ ਕੋਈ ਹੱਲ ਨਹੀਂ ਕੀਤਾ ਜਾ ਸਕਦਾ, ਤੁਹਾਨੂੰ ਪੰਪ ਸ਼ਹਿਰ ਲੈ ਕੇ ਜਾਣਾ ਪਵੇਗਾ ਜਾਂ ਤੁਹਾਨੂੰ ਖੇਤੋਂ ਵਾਪਸ ਲੈ ਕੇ ਆਉਣਾ ਪਵੇਗਾ, ਤਾਂ ਇਸੇ ਹੀ ਸਮੱਸਿਆ ਨੂੰ ਹੱਲ ਕਰਨ ਲਈ ਤੁਸੀਂ ਸਪੇਅਰ ਦੇ ਤੌਰ 'ਤੇ ਕਨੈਕਟਰ ਰੱਖ ਸਕਦੇ ਹੋ ਆਪਣੀ ਪਾਈਪ ਦੇ ਅਕੋਰਡਿੰਗ, 8 mm ਦਾ ਜਾਂ 10 mm ਦਾ ਅਤੇ ਨਾਲ ਉਹਨਾਂ ਦੇ ਕਲੈਂਪ, ਤਾਂ ਮੌਕੇ 'ਤੇ ਤੁਸੀਂ ਇਸ ਚੀਜ਼ ਨੂੰ ਹੱਲ ਕਰਨ ਦੀ ਇੱਕ ਵਧੀਆ ਕੋਸ਼ਿਸ਼ ਕਰ ਸਕਦੇ ਹੋ। ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ, ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ। ਨਰਮੇ ਦੀ ਫਸਲ ਨਾਲ ਸੰਬੰਧਿਤ ਆਪਾਂ ਕਾਫੀ ਜ਼ਿਆਦਾ ਤੁਹਾਨੂੰ ਵੀਡੀਓ ਦੇ ਵਿੱਚ ਵੀ ਗੱਲਾਂ ਬਾਤਾਂ ਕੀਤੀਆਂ, ਜਿਹੜੇ ਵੀਰ ਸਾਰੀ ਵੀਡੀਓ ਦੇਖ ਲੈਂਦੇ ਆ ਕੁਛ ਨਾ ਕੁਛ ਉਹ 'ਚੋਂ ਸਿੱਖਦੇ ਆ, ਜਿਹੜੀਆਂ ਚੀਜ਼ਾਂ ਤੁਹਾਡੇ ਖੇਤ ਦੇ ਵਿੱਚ ਰਿਜ਼ਲਟ ਦਿੰਦੀਆਂ, ਕੰਮ ਕਰਦੀਆਂ, ਉਹਨੂੰ ਤੁਸੀਂ ਬਾਕੀਆਂ ਦੇ ਨਾਲ ਵੀ ਸਾਂਝੀਆਂ ਕਰਦੇ ਹੋ, ਸ਼ੇਅਰ ਕਰਦੇ ਹੋ, ਤਾਂ ਕਿ ਤੁਹਾਡਾ ਪੈਸਾ ਲੱਗਿਆ ਹੋਇਆ ਉਹਦਾ ਰਿਜ਼ਲਟ ਆਉਂਦਾ ਰਹੇ ਅਤੇ ਬੇਫਾਲਤੂ ਚੀਜ਼ਾਂ ਤੋਂ ਆਪਾਂ ਪਾਸਾ ਵੱਟੀਏ। ਅੱਜ ਹੀ ਇਸੇ ਤਰ੍ਹਾਂ ਮੈਂ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਦੇ ਵਿੱਚ ਆਇਆ ਹੋਇਆ ਵੀਰ ਰਾਜਵਿੰਦਰ ਜੀ ਦੇ ਖੇਤ ਦੇ ਵਿੱਚ, ਜਿਨ੍ਹਾਂ ਨੇ ਆਪਣੇ ਖੇਤ ਦੇ ਵਿੱਚ ਕਿਹੜੀ ਵਰਾਈਟੀ ਲਾਈ ਹੈ ਜੀ? ਇਹ US 81 US 81 ਵਰਾਈਟੀ ਲੱਗੀ ਹੋਈ ਆ। ਇਹਦੇ ਕੀ ਮੈਨੇਜਮੈਂਟ ਕੀਤਾ ਇਹਨਾਂ ਨੇ, ਕਿਉਂਕਿ ਆਪਾਂ ਬਹੁਤ ਜ਼ਿਆਦਾ ਕਈ ਵਾਰੀ ਘਬਰਾ ਵੀ ਜਾਂਦੇ ਹਾਂ ਜਾਂ ਕਈ ਵਾਰੀ ਆਪਾਂ ਬੈਡ ਫੀਲਿੰਗ ਲੈ ਜਾਂਦੇ ਹਾਂ, ਫੇਕ ਫੀਲਿੰਗ ਲੈ ਜਾਂਦੇ ਹਾਂ ਵੀ ਗਵਾਂਢੀ ਨਾਲ ਮੇਰਾ ਨਰਮਾ ਚੰਗਾ ਜਾਂ ਮਾੜਾ। ਅਸਲ ਦੇ ਵਿੱਚ ਤਾਂ ਜਿਹੜਾ ਝਾੜ ਆਉਣਾ ਉਸ ਦੇ ਨਾਲ ਹੀ ਆਪਣਾ ਜ਼ਿਆਦਾ ਇਨਕਮ ਦਾ ਸੰਬੰਧ ਹੁੰਦਾ, ਪਰ ਝਾੜ ਉਸ ਬੰਦੇ ਦਾ ਆਉਂਦਾ ਜਿਹੜਾ ਹਰ ਦਿਨ ਆਪਦੀ ਫਸਲ ਨੂੰ ਦੇਖਦਾ ਰਹਿੰਦਾ, ਉਹਦੇ ਵਿੱਚ ਕਮੀਆਂ ਨੂੰ ਕੱਢ ਕੇ ਪੂਰਾ ਕਰਨ ਦੀ ਕੋਸ਼ਿਸ਼ ਕਰਦਾ, ਭਾਵੇਂ ਖਰਚਾ ਵੱਧ ਆਵੇ ਭਾਵੇਂ ਘੱਟ ਆਵੇ। ਇਸੇ ਤਰ੍ਹਾਂ ਹੀ ਇਹਦੇ 'ਤੇ ਕੀ ਮੈਨੇਜਮੈਂਟ ਕੀਤਾ ਬਾਈ ਜੀ ਨੇ, ਆਪਾਂ ਨੂੰ ਉਹ ਵੀਡੀਓ ਦੇ ਵਿੱਚ ਵੀ ਦੱਸਣਗੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਇਹਦੀ ਬਿਜਾਈ ਕਦੋਂ ਹੋਈ ਵੀ ਆ? ਬਿਜਾਈ ਇਹਦੀ ਜੀ 5 ਮਈ ਦੇ ਲਗਭਗ ਹੈ ਜੀ। ਮੈਂ ਦੇਖ ਰਿਹਾ ਕਿ ਤੁਹਾਡੇ ਨਰਮੇ 'ਚ ਕੋਈ ਜ਼ਿਆਦਾ ਬੂਗੀ ਡਿੱਗੀ ਨਹੀਂ ਹੋਈ ਥੱਲੇ, ਇਹ ਹੁਣ ਤੱਕ ਤੁਸੀਂ ਇਹਦੀ ਸਾਂਭ ਸੰਭਾਲ ਕੀ ਕਰਤੀ? ਬਿਜਾਈ ਸਮੇਂ ਜਿਹ 'ਚ ਆਪਾਂ ਅੱਧਾ ਘੰਟਾ DAP ਪਾਇਆ ਸੀ। ਠੀਕ ਹੈ ਜੀ। ਅੱਧਾ ਘੰਟਾ ਪੋਟਾਸ਼ ਪਾਇਆ ਸੀ ਨਾਲ। ਠੀਕ ਹੈ ਜੀ। ਅਤੇ ਸਲਫਰ ਪਾਈ ਸੀਗੀ ਜੀ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਇਹਨੂੰ ਇੱਕ 'ਚ ਪਾਣੀ ਆ ਦਰਖਤਾਂ ਦੀ ਮਾਰ ਕਰਕੇ ਥੋੜ੍ਹਾ ਜਿਹਾ ਇੱਧਰ ਪਾਣੀ ਮੰਗਦਾ ਸੀ ਲਾਇਆ, ਬਾਕੀ ਨੂੰ ਪਾਣੀ ਹਜੇ ਤੱਕ ਕੋਈ ਨਹੀਂ ਲੱਗਿਆ ਜੀ। ਬਾਰਿਸ਼ ਹੀ ਹੋਈ ਹੈ ਜੋ ਹੋਈ ਹੈ। ਹੋਰ ਹੀ ਖੜਾ ਜੀ। ਹੋਰ ਖੜਾ ਜੀ, ਮਤਲਬ ਤੁਹਾਡੇ ਬਾਰਿਸ਼ਾਂ ਦੇ ਨਾਲ ਕੰਮ ਸਰੀ ਗਿਆ? ਬਾਰਿਸ਼ਾਂ ਨਾਲ ਸਰੀ ਗਿਆ ਜੀ। ਠੀਕ ਹੈ ਜੀ। ਅਤੇ ਇਹਦੇ ਵਿੱਚ ਤਾਕਤ ਦੀਆਂ ਸਪਰੇਹਾਂ ਜਿਹੜੀਆਂ ਆਪਾਂ ਆਮ ਗੱਲਾਂ ਕਰਦੇ ਹਾਂ, ਉਹਦੇ 'ਚ ਕਿਹੜੀ ਕਿਹੜੀ ਜਾ ਚੁੱਕੀ ਹੈ? ਤਾਕਤ ਦੀਆਂ ਸਪਰੇਹਾਂ ਦੇ ਵਿੱਚ ਜੀ ਅਸੀਂ ਇਹ 'ਚ 13045 1 kg ਪਰ ਏਕੜ। ਠੀਕ ਹੈ ਜੀ। ਨਾਲ 2 kg DAP। ਠੀਕ ਹੈ। 2 kg ਯੂਰੀਆ। ਠੀਕ ਹੈ। ਇਹਦਾ ਘੋਲ ਬਣਾ ਕੇ ਅਸੀਂ ਸਪਰੇ ਕੀਤਾ ਜੀ। ਠੀਕ ਹੈ ਜੀ। ਅਤੇ ਦਲਾਲ ਘੋਲ ਵੀ ਕਰਦੇ ਰਹੇ ਹੋ ਜੀ? ਹਾਂਜੀ ਹਾਂ, ਉਹ ਵੀ ਬਸ ਮੰਨੋ ਵੀ ਉਹਦੇ 'ਚ ਅਸੀਂ ਇਸ ਨੂੰ ਜੱਟ ਸਾਹਿਬ 'ਚ ਅਸੀਂ ਇਸ ਨੂੰ ਕਹਿੰਦੇ ਸੀ ਦਲਾਲ ਛਿੜਕਦੇ ਹਾਂ। ਠੀਕ ਹੈ ਜੀ। ਅਤੇ ਅਸੀਂ ਤਾਂ ਬਸ ਇਸ ਇਹਦੀਆਂ 2 ਸਪਰੇਆਂ ਕਰਦੇ ਹਾਂ। ਠੀਕ। ਹਾਂ, DAP ਵਾਲੇ ਘੋਲ ਦੇ ਵਿੱਚ ਨੋਰਮਲੀ ਫਾਰਮਰਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਉਹ ਜ਼ਿੰਕ ਸਲਫੇਟ ਐਡ ਕਰ ਲੈਂਦੇ ਆ ਉਹ ਘੋਲ ਫਟ ਜਾਂਦਾ, ਇਸੇ ਕਰਕੇ ਕਹਿੰਦਾ ਮੈਂ ਜਦੋਂ ਡਾਕਟਰ ਸੁਰਿੰਦਰ ਦਲਾਲ ਜੀ ਨੇ ਇਸ ਚੀਜ਼ ਦੀ ਸ਼ੁਰੂਆਤ ਕੀਤੀ ਸੀ, ਤਜਰਬਾ ਕੀਤਾ ਸੀ, ਰਿਜ਼ਲਟ ਉਹਦੇ ਆਉਂਦੇ ਆ, ਹੁਣ ਵੀ ਆਉਂਦੇ ਆ, ਪਰ ਆਪਾਂ ਘਬਰਾ ਜਾਂਦੇ ਹਾਂ, ਆਪਣੇ ਵਾਸਤੇ ਚੀਜ਼ ਨਵੀਂ ਹੁੰਦੀ ਆ, ਪਰ ਜਦੋਂ ਆਪਾਂ ਉਹਦੇ ਵਿੱਚ ਚਲੇਟਰ ਜ਼ਿੰਕ ਨੂੰ ਵਰਤਦੇ ਹਾਂ, DAP ਯੂਰੀਆ ਜੇ ਜ਼ਿੰਕ ਚਲੇਟਰ ਲੈਣਾ, ਫਿਰ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ। DAP ਘੁਲੀ ਹੋਈ ਦਾ ਸਿਰਫ ਨਿਤਰਿਆ ਹੋਇਆ ਪਾਣੀ ਲੈਣਾ। ਕਈ ਵੀਰਾਂ ਨੇ ਪੰਪ ਬਲੌਕ ਕਰ ਲਏ, ਉਹ ਤਾਂ ਤੁਹਾਡੀ ਹੁਣ ਆਪਣੀ ਸਮਝਦਾਰੀ ਆ, ਵੀ ਆਪਾਂ ਖੇਤੀ ਦੇ ਵਿੱਚ ਊੜਾ ਆੜਾ ਤਾਂ ਨਹੀਂ ਦੱਸ ਸਕਦੇ ਹੈਗੇ, ਪਰ ਮੋਟੀਆਂ ਮੋਟੀਆਂ ਗੱਲਾਂ ਆਪਾਂ ਉਸ ਤਰੀਕੇ ਨਾਲ ਕਰਦੇ ਹਾਂ ਕਿ ਤੁਹਾਨੂੰ ਸ਼ਾਰਟਕੱਟ ਹੀ ਮਿਲਦਾ। ਵੀਡੀਓ ਕੋਈ 3 ਮਿੰਟ ਦੀ ਤੁਹਾਨੂੰ ਸਾਰੀ ਫਸਲ ਬਾਰੇ ਗੱਲਬਾਤ ਨਹੀਂ ਦੱਸ ਸਕਦੀ, ਪਰ ਘੱਟੋ ਘੱਟ ਤੁਹਾਨੂੰ ਜਾਗ ਲਾ ਦਿੰਦੀ ਆ ਵੀ ਉਦੋਂ ਬਾਅਦ ਦਹੀਂ ਜਮਾਉਣੀ ਤੁਹਾਡੀ ਜ਼ਿੰਮੇਦਾਰੀ ਹੁੰਦੀ ਆ। ਇਹਦੇ ਵਿੱਚ ਵੀਰ ਜੀ ਤੇਲੇ ਬਾਰੇ ਨੂੰ ਕੰਟਰੋਲ ਕਰਨ ਵਾਸਤੇ ਕੀ ਕੁਛ ਹੋਇਆ? ਇਹ ਤਾਂ ਸਿਰਫ ਅਜੇ 1 ਸਪਰੇਅ ਕਰੀ ਜੀ ਆਪਾਂ। ਠੀਕ ਹੈ। ਉਲਾਲਾ ਦੀ ਕਰੀਏ ਜੀ, 80 ਗ੍ਰਾਮ ਪਰ ਏਕੜ। ਠੀਕ ਹੈ ਜੀ। ਉਹਦੇ ਨਾਲ ਹਾਲਾਂਕਿ ਇੱਕ ਫਾਲਤੂ ਤੌਰ ਤੇ ਪਾਈ ਹੈ, ਵੈਸੇ ਮੈਂ ਚਾਹੁੰਦਾ ਨਹੀਂ ਸੀ ਪਾਉਣੀ, ਨਾਲ ਉਹਦੇ ਥਾਇਆ ਮੈਥਕ ਜਾਵਾਂ 30% ਆਉਂਦੀ ਆ ਕਟਾਰਾ ਲਿਕੁਇਡ ਕਹਿੰਦੇ ਨੇ ਆਪਾਂ, ਉਹ ਵੀ ਮੈਂ 100 ml ਉਹ ਫਾਲਤੂ ਤੌਰ ਤੇ ਘਰੇ ਮੇਰੇ ਕੋਲ ਲੀਟਰ ਪਿਆ ਸੀ ਉਹ ਪਾਤਾ। ਠੀਕ ਹੈ ਜੀ। ਤੇ ਜਾਂ ਇਹਦੇ ਵਿੱਚ ਨਾਲ ਜੀ ਸਾਡੇ ਜੂਨ ਦਾ ਖਰ ਥੋੜਾ ਜਿਹਾ ਅਟੈਕ ਸਾਰੇ ਵੱਧ ਆਉਂਦਾ ਥੋੜਾ ਜਿਹਾ, ਤੇ ਉਹਦੇ ਵਾਸਤੇ ਟਾਟਾ ਕੰਪਨੀ ਦੀ ਇੱਕ ਸਮਿਟ ਦਵਾਈ ਆਉਂਦੀ ਹੈ ਜੀ, ਉਹ ਪਾਈ ਹੈਗੀ 80 ਗ੍ਰਾਮ ਪਰ ਏਕੜੀ ਉਹ ਪਾਈ ਹੈ। ਠੀਕ ਹੈ। ਇਹਦੇ 1 ਸਪਰੇਅ ਕਰੀ ਹਜੇ, ਹੋਰ ਮੈਂ ਤੇ ਕੋਈ ਸਪਰੇਅ ਨਹੀਂ ਕਰੀਆ। ਜਦੋਂ ਆਪਾਂ ਖੇਤ ਨੂੰ ਦੇਖ ਕੇ ਉਹਦੇ 'ਚੋਂ ਪ੍ਰੋਬਲਮ ਸਮਝ ਕੇ ਫਿਰ ਫੈਸਲਾ ਲੈਂਦੇ ਹਾਂ, ਤਾਂ ਫਿਰ ਉਸ ਫੈਸਲੇ ਦੇ ਮੁਤਾਬਕ ਆਪਾਂ ਨੂੰ ਖਰਚ ਕਰਕੇ ਕੋਈ ਨਾ ਕੋਈ ਚੀਜ਼ ਮਾਰਕੀਟ 'ਚੋਂ ਲੈ ਕੇ ਆਉਣੀ ਪੈਂਦੀ ਹੈ। ਉਹ ਸਾਰਿਆਂ ਦੀ ਸੇਮ ਨਹੀਂ ਹੋ ਸਕਦੀ, ਉਹ ਸਾਰਿਆਂ ਦੇ ਖੇਤ ਮੁਤਾਬਕ ਉਹਦੇ ਖੇਤ ਦੇ ਵਿੱਚ ਆਈ ਹੋਈ ਸਮੱਸਿਆ ਦੇ ਮੁਤਾਬਕ ਹੀ ਆਪਾਂ ਨੂੰ ਹੱਲ ਕਰਨ ਬਾਰੇ ਸੋਚਣਾ ਚਾਹੀਦਾ। ਇਹਨਾਂ ਨੇ ਕਰਤੀ, ਮੈਂ ਕਰਨੀ ਹੈ ਜਾਂ ਨਹੀਂ, ਇਹ ਮੈਨੂੰ ਪਤਾ ਹੋਣਾ ਚਾਹੀਦਾ। ਇਸੇ ਕਰਕੇ ਮੈਂ ਕਹਿੰਦਾ ਵੀ ਤੁਸੀਂ ਆਪਣਾ ਮੁਕਾਬਲਾ ਆਪਦੇ ਨਾਲ ਕਰਿਆ ਕਰੋ, ਇਹਨਾਂ ਤੋਂ ਚਾਹੇ ਇਹਨਾਂ ਦੇ ਗਵਾਂਢੀ ਨੇ ਕੋਈ ਹੋਰ ਕਰੀ ਹੈ ਕੁਛ ਨਹੀਂ ਕਿਹਾ ਜਾ ਸਕਦਾ, ਜਾਂ ਇਹਨਾਂ ਨੂੰ ਦੇਖ ਕੇ ਇਹਨਾਂ ਦਾ ਗਵਾਂਢੀ ਵਰਤੇ, ਮੈਂ ਇਸ ਚੀਜ਼ ਨਾਲ ਕਦੇ ਸਹਿਮਤ ਨਹੀਂ ਹੁੰਦਾ, ਕਿਉਂਕਿ ਤੁਸੀਂ ਆਪਣੀ ਸਮੱਸਿਆ ਨੂੰ ਪਹਿਚਾਣੋ। ਇਹਦੇ ਕਰਕੇ ਹੀ ਮੈਂ ਤੁਹਾਡੇ ਲਈ ਆਉਣ
ਵਿਹਲੇ ਹੋ ਉਸ ਦੇ ਵਿੱਚੋਂ ਪੜ੍ਹ ਕੇ ਤੁਸੀਂ ਜ਼ਿਆਦਾ ਇਹਦੇ ਵਿੱਚ ਬਾਰੇ ਵਿਚਾਰ ਕਰ ਸਕੋਗੇ। ਖਰਚਾ ਜਿਹੜਾ ਆਉਂਦਾ ਸਾਂਭ ਸੰਭਾਲ 'ਤੇ ਉਹ ਆਉਣਾ ਹੀ ਹੁੰਦਾ, ਲੇਬਰ 'ਤੇ ਖਰਚਾ ਹਰ ਸਾਲ ਵੱਧ ਰਿਹਾ, ਪਰ ਕਈ ਵਾਰੀ ਕੁਦਰਤੀ ਆਫਤਾਂ ਕਰਕੇ ਨਰਮੇ ਦੀ ਫਸਲ ਦੇ ਵਿੱਚ ਝਾੜ ਅਫੈਕਟ ਹੁੰਦਾ, ਉਹ ਵੀ ਆਪਣੇ ਹੱਥ ਵਿੱਚ ਨਹੀਂ। ਪਰ ਜਿਹੜਾ ਸਾਂਭ ਸੰਭਾਲ ਕਰਨਾ ਉਹ ਤਾਂ ਆਪਾਂ ਫਸਲ ਲਾਈਏ ਪੁੱਤਾਂ ਵਾਂਗੂ ਪਾਲਦੇ ਹਾਂ, ਪਰ ਉਹਨੂੰ ਆਪਾਂ ਕਿਸੇ ਦੀ ਕਲਮ ਹੇਠ ਜਾਂ ਕਿਸੇ ਦੇ ਇਸ਼ਾਰੇ 'ਤੇ ਨਾ ਪਾਲਗੇ, ਉਹਦੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਆਪਾਂ ਆਪਣੇ ਤਰੀਕੇ ਨਾਲ ਹੱਲ ਕਰੀਏ। ਐਗ ਦੀ ਜਿਹੜੀ ਸਮੱਸਿਆ ਆਈ ਹੈ ਤਾਂ ਅਗਲੀ ਵਾਰ ਆਵੇ ਤਾਂ ਆਪਾਂ ਉਹਨੂੰ ਟਾਈਮ ਸਿਰ ਹੱਲ ਕਰ ਲਈਏ, ਕਿਤੇ ਇਹ ਨਾ ਹੋਵੇ ਵੀ ਅਗਲੀ ਵਾਰ ਵੀ ਉਹੀ ਸਮੱਸਿਆ ਆਵੇ ਅਤੇ ਆਪਾਂ ਨੂੰ ਸਮਝ ਹੀ ਨਾ ਆਵੇ ਅਤੇ ਆਪਾਂ ਆਏ ਕਿਹੜੇ ਉਸ ਹੀ ਸਮੱਸਿਆਵਾਂ ਦੇ ਵਿੱਚ ਉਲਝੇ ਰਹੀਏ। ਆਪਣੇ ਕੋਲ 2-4 ਮੇਨ ਫਸਲਾਂ ਜਿਹੜੀਆਂ ਵੱਡੇ ਲੈਵਲ 'ਤੇ ਲੱਗਦੀਆਂ, ਕਣਕ ਹੈ, ਝੋਨਾ ਹੈ ਅਤੇ ਜਾਂ ਨਰਮ ਹੈ। ਜਿਹੜੀਆਂ ਬਾਕੀ ਫਸਲਾਂ ਆਉਂਦੀਆਂ ਥੋੜ੍ਹੇ ਥੋੜ੍ਹੇ ਏਰੀਏ ਦੇ ਵਿੱਚ ਲੱਗਦੀਆਂ, ਉਹਨਾਂ ਦੇ ਨਾਲ ਸੰਬੰਧਿਤ ਵੀ ਵੀਡੀਓ ਪਾਵਾਂਗੇ। ਇੱਕ ਵੀਰ ਜੀ ਤੁਸੀਂ ਦੱਸੋ ਵੀ ਇਹਦੇ ਵਿੱਚ ਖੇਤ ਦੇ ਵਿੱਚ ਤੁਸੀਂ ਕੀ ਜਿਹੜਾ ਸਰਕਲ ਮਿੱਟੀ ਦੀ ਸਿਹਤ ਬਣਾਉਣ ਵਾਸਤੇ ਕੀ ਕੁਛ ਕਰਦੇ ਹੋ? ਇਹਦੇ 'ਚ ਜੀ ਅਸੀਂ ਵੈਸੇ ਤਾਂ ਇਹ ਕਣਕ ਅਤੇ ਨਰਮੇ ਹੀ ਲੱਗਦਾ ਜੀ ਇੱਥੇ, ਠੀਕ ਹੈ ਜੀ, ਅਤੇ ਪਰ ਅਸੀਂ ਛਟੀਆਂ ਦੀ ਵੀ ਦੀਆਂ ਵਿੱਚ ਪਾਉਂਦੇ ਹਾਂ, ਠੀਕ ਹੈ ਜੀ, ਵੀ ਜਿੰਨੇ ਕੁ ਘਰੇ ਹੁਣ ਸਾਰਾ ਸਰੀ ਜਾਂਦਾ ਹੈਗਾ, ਹਾਂਜੀ, ਕੋਈ ਸਾਡੇ ਕੋਲ ਬਾਹਲੀ ਖਪਤ ਹੈ ਨਹੀਂ ਛਟੀਆਂ ਦੀ, ਠੀਕ ਹੈ, ਜਾਂ ਬਾਇਓਗੈਸ ਪਲਾਂਟ ਵਗੈਰਾ ਲੱਗਿਆ? ਹਾਂ ਹਾਂਜੀ ਲੱਗਿਆ ਜੀ, ਬਾਇਓਗੈਸ ਉਹ ਲੱਗਿਆ ਹੋਇਆ ਆਪਣੇ ਕੋਲ, ਠੀਕ ਹੈ, ਅਤੇ ਪਰ ਇਹਦੀਆਂ ਜਿਹੜੀਆਂ ਛਟੀਆਂ ਅਸੀਂ ਉਹ ਵੀ ਵਿੱਚ ਪਾਉਂਦੇ ਹਾਂ, ਅਤੇ ਜਦੋਂ ਅਸੀਂ ਤੂੜੀ ਬਣਾਉਂਦੇ ਹਾਂ ਤਾਂ ਉਦੋਂ ਵੀ ਅਸੀਂ ਮਸ਼ੀਨ ਥੋੜ੍ਹੀ ਜਿਹੀ ਉੱਪਰ ਚੱਕ ਕੇ, ਅਤੇ ਜਿਹੜਾ ਰਹਿੰਦ ਖੂੰਹਦ ਹੁੰਦੀ ਹੈ ਉਹਨੂੰ ਅਸੀਂ ਕਦੇ ਮੇਰੀ ਜ਼ਿੰਦਗੀ ਦੇ ਵਿੱਚ ਅਸੀਂ ਕਦੇ ਆਪਦੇ ਖੇਤ ਦੇ ਵਿੱਚ ਅਸੀਂ ਅੱਗ ਨਹੀਂ ਲਾਈ, ਠੀਕ, ਇਹ ਸਾਨੂੰ ਪਾਪਾ ਜੀ ਨੇ ਸਾਡੇ ਬਜ਼ੁਰਗਾਂ ਨੇ ਦੱਸਿਆ ਵੀ ਕਹਿੰਦੇ ਬੇਟਾ ਖੁਸ਼ ਹੋ ਜੇ ਪਰ ਤੁਸੀਂ ਖੇਤ ਦੇ ਵਿੱਚ ਅੱਗ ਨਹੀਂ ਲਾਉਣੀ ਹੈ ਅੱਜ ਤੱਕ। ਆ ਕਿਸਾਨ ਭਰਾਵੋ, ਜਦੋਂ ਮਿੱਟੀ ਦੇ ਵਿੱਚ ਔਰਗੈਨਿਕ ਕਾਰਬਨ ਘੱਟ ਆ, ਜਾਂ ਆਪਾਂ ਇੱਕ ਆਪਦੇ ਤੌਰ 'ਤੇ ਦੇਖੀਏ ਵੀ ਆਪਣੇ ਸਰੀਰ ਦੇ ਵਿੱਚ ਜੇਕਰ ਖੂਨ ਦੀ ਕਮੀ ਹੋਵੇ ਤਾਂ ਲੱਖ ਬੋਤਲਾਂ ਲੱਗ ਜਾਣ, ਟੀਕੇ ਲੱਗ ਜਾਣ, ਦਵਾਈਆਂ ਅੰਦਰ ਚੱਲੀਆਂ ਜਾਣ, ਆਪਣੇ ਸਰੀਰ ਦਾ ਨੁਕਸਾਨ ਕਰਨਗੀਆਂ, ਫਾਇਦਾ ਨਹੀਂ ਕਰਨਗੀਆਂ। ਜਦੋਂ ਖੂਨ ਦੀ ਮਾਤਰਾ ਵਧਣੀ ਸ਼ੁਰੂ ਹੋਊਗੀ ਉਦੋਂ ਹੀ ਆਪਣੇ ਰਿਕਵਰੀ ਸ਼ੁਰੂ ਹੋਊਗੀ। ਇਸੇ ਤਰ੍ਹਾਂ ਹੀ ਜਦੋਂ ਸੋਇਲ ਦੇ ਵਿੱਚ ਔਰਗੈਨਿਕ ਕਾਰਬਨ ਦੀ ਬਹੁਤ ਜ਼ਿਆਦਾ ਕਮੀ ਆ ਤਾਂ ਫਿਰ ਆਪਾਂ ਕਿੰਨਾ ਹੀ ਕੁਛ ਪਾਲ ਕੇ ਰਿਜ਼ਲਟ ਨਹੀਂ ਆਉਂਦਾ ਹੈਗਾ। ਅਤੇ ਮੇਰਾ ਖਿਆਲ ਵੀ ਬਾਰਿਸ਼ ਵੀ ਆਉਣੀ ਸਟਾਰਟ ਹੋ ਗਈ, ਅਤੇ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਕਾਟਨ ਦੇ ਰਿਗਾਰਡਿੰਗ ਫੰਗੀ ਸਾਈਡ ਦੀ ਵੀਡੀਓ ਅਪਲੋਡ ਕਰਾਂਗੇ, ਉਹਨੂੰ ਜ਼ਰੂਰ ਦੇਖ ਲਿਓ, ਅਤੇ ਜਿੰਨੇ ਵੀਰ ਸਾਰੇ ਦੇਖ ਰਹੇ ਆ ਵੀਡੀਓ ਨੂੰ ਹੋਰ ਕਿਸਾਨਾਂ ਨਾਲ ਸਾਂਝੀ ਜ਼ਰੂਰ ਕਰਿਓ। ਧੰਨਵਾਦ ਵੀਰ ਜੀ।